ਜਿਹੜੇ ਕਰਫਿਊ ਦੀ ਮਿਆਦ ਹੈਗੀ ਆ ਸਟੇਟ ਦੇ ਵਿੱਚ ਉਹ ਐਕਸਟੈਂਡ ਕੀਤੀ ਗਈ ਹੈਗੀ ਆ ਟਿਲ ਦਾ ਮੰਥ ਐਂਡ। ਔਰ ਇਹਦੇ ਵਿੱਚ ਮੈਂ ਜੀ ਇਸ ਤੋਂ ਇਲਾਵਾ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਸਾਰਿਆਂ ਨੂੰ, ਅੰਮ੍ਰਿਤਸਰ ਵਾਸੀਆਂ ਨੂੰ, ਸਾਰੇ ਜ਼ਿਲ੍ਹਾ ਵਾਸੀਆਂ ਨੂੰ, ਇਲਾਕਾ ਨੂੰ ਵਾਸੀਆਂ ਨੂੰ, ਕਿ ਇਸ ਦੇ ਨਾਲ ਹੀ ਸਾਡੇ ਇੱਕ ਪਬਲਿਕ ਦੇ ਵਿੱਚ ਜੇਕਰ ਕਿਸੇ ਨੇ ਵੀ ਆਉਣਾ, ਭਾਵੇਂ ਉਹਦੇ ਕੋਲ ਕਰਫਿਊ ਪਾਸ ਹੈ ਭਾਵੇਂ ਉਹ ਡਿਊਟੀ 'ਤੇ ਹੈ, ਹਰੇਕ ਦੇ ਲਈ ਮਾਸਕ ਪਾਉਣਾ ਜਿਹੜਾ ਹੈ ਉਹ ਮੈਂਡੇਟਰੀ ਹੈ। ਜਦੋਂ ਮੈਂ ਮਾਸਕ ਦੀ ਗੱਲ ਕਰਦਾ, ਕੋਈ ਇਹ ਨਹੀਂ ਹੈ ਜ਼ਰੂਰੀ ਕਿ ਜੀ ਅਸੀਂ ਬਹੁਤ ਕੋਈ ਮਹਿੰਗਾ ਮਾਸਕ ਲੈਣਾ ਹੈ, ਕੁਛ ਕਰਨਾ ਘਰੇ ਜਿਹੜਾ ਕੱਪੜੇ ਦਾ ਮਾਸਕ ਆਰਡੀਨਰੀ ਬਣਾ ਸਕਦੇ ਹਾਂ ਆਪਾਂ ਉਹ ਲਾ ਲਈਏ। ਜੇ ਕਿਸੇ ਕੋਲ ਬਿਲਕੁਲ ਨਹੀਂ ਹੈ ਕੋਈ ਮਾਸਕ ਤਾਂ ਭਾਵੇਂ ਰੁਮਾਲ ਦੇ ਨਾਲ ਕਰ ਲਏ ਜਾਂ ਆਪਣੇ ਚੁੰਨੀ ਜਾਂ ਦੁਪੱਟੇ ਦੇ ਨਾਲ ਨੱਕ ਨੂੰ ਪੂਰੀ ਤਰ੍ਹਾਂ ਮੂੰਹ ਨੂੰ ਕਵਰ ਕਰਨਾ ਹੈਗਾ। ਸੋ ਇਹ ਪਬਲਿਕ ਦੇ ਵਿੱਚ ਆਉਣ ਵੇਲੇ ਘਰੋਂ ਬਾਹਰ ਨਿਕਲਣ ਵੇਲੇ ਇਹ ਆਪਣੇ ਆਪ ਨੂੰ ਮਾਸਕ ਲਗਾਉਣਾ ਇਹ ਮੈਂਡੇਟਰੀ ਹੋ ਗਿਆ, ਇਹ ਵੀ ਸਾਰਿਆਂ ਲਈ ਜ਼ਰੂਰੀ ਹੈ ਜੀ। ਦੇਖੋ ਇਸ ਤਰ੍ਹਾਂ ਹੈ ਜੀ ਕਿ ਜਿਨ੍ਹਾਂ ਨੂੰ ਤਾਂ ਇਹ ਕਰਫਿਊ ਜੇ ਵੈਲਿਡਿਟੀ ਲਈ ਦਿੱਤੇ ਗਏ ਸੀਗੇ ਉਹ ਸਾਰੇ ਆਟੋਮੈਟਿਕਲੀ ਐਕਸਟੈਂਡਡ ਹੈਗੇ ਆ। ਜੇ ਕਿਸੇ ਨੂੰ ਸਪੈਸੀਫਿਕਲੀ ਕਿਸੇ ਇੱਕ ਦਿਨ ਦੇ ਲਈ ਦਿੱਤਾ ਗਿਆ ਜਾਂ ਸਪੈਸੀਫਿਕਲੀ ਕਿਸੇ ਇੱਕ ਪਰਪਸ ਲਈ ਇੱਕ ਜਰਨੀ ਦੇ ਲਈ ਦਿੱਤਾ ਗਿਆ ਹੈਗਾ ਉਹ ਤਾਂ ਉਸੇ ਦਿਨ ਦੇ ਲਈ ਰਹੇਗਾ। ਸਾਡੇ ਕੋਲ ਸਾਰਿਆਂ ਕੋਲ ਇਸ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ ਕਿ ਅਸੀਂ ਜਿਹੜਾ ਸੋਸ਼ਲ ਡਿਸਟੈਂਸ ਮੇਨਟੇਨ ਕਰਕੇ ਰੱਖੀਏ, ਜਦੋਂ ਬਾਹਰ ਨਿਕਲੀਏ ਆਪਣੇ ਮੂੰਹ ਨੱਕ ਦੇ ਉੱਤੇ ਮਾਸਕ ਲਗਾ ਕੇ ਰੱਖੀਏ। ਔਰ ਅਦਰਵਾਈਜ਼ ਜੇ ਕੋਈ ਬਹੁਤ ਜ਼ਿਆਦਾ ਜ਼ਰੂਰੀ ਗੱਲ ਨਹੀਂ ਹੈ ਜਾਂ ਕੋਈ ਅਸੈਂਸ਼ੀਅਲ ਸਰਵਿਸਿਜ਼ ਵਾਸਤੇ ਨਹੀਂ ਜਾਣਾ ਤਾਂ ਘਰ ਤੋਂ ਬਾਹਰ ਬਿਲਕੁਲ ਨਾ ਨਿਕਲੀਏ ਜੀ। ਔਰ ਬਾਹਰ ਨਿਕਲ ਕੇ ਇਕੱਠ ਕਰਨਾ ਜਾਂ ਸੋਸ਼ਲ ਡਿਸਟੈਂਸਿੰਗ ਨੂੰ ਨਜ਼ਰਅੰਦਾਜ਼ ਕਰਨਾ ਇਹ ਤਾਂ ਮੈਂ ਸਮਝਦਾ ਕਿ ਕ੍ਰਿਮੀਨਲ ਜ਼ੁਰਮ ਹੈਗਾ। ਔਰ ਇਹਦੇ ਵਿੱਚ ਜੀ ਹੁਣ ਸਖਤੀ ਸਾਨੂੰ ਕਰਨੀ ਪਏਗੀ ਕਿਉਂਕਿ ਇਹ ਸਾਰੇ ਸਾਡੇ ਸਾਰਿਆਂ ਦੀ ਭਲਾਈ ਦੇ ਲਈ ਹੈ। ਇਹ ਨਹੀਂ ਹੈ ਕੋਈ ਸਾਨੂੰ ਕੋਈ ਕਿਸੇ ਨਾਲ ਸਖਤੀ ਕਰਕੇ ਜੀ ਕੋਈ ਸਵਾਦ ਆਉਂਦਾ, ਪਰ ਇਹ ਆਪਣੇ ਸਾਰਿਆਂ ਦੀ ਭਲਾਈ ਹੈ। ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ। ਮੈਂ ਇੱਥੇ ਇਹ ਮੌਕੇ ਦੇ ਉੱਤੇ ਇਸ ਓਪਰਚੁਨਿਟੀ ਲੈਣਾ ਜੀ ਆਪਣੇ ਇਲਾਕਾ ਨਿਵਾਸੀਆਂ ਦਾ, ਸਾਰੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕਰਨ ਦਾ ਵੀ, ਕਿਉਂਕਿ ਬਹੁਤ ਜ਼ਿਆਦਾ ਜਿਹੜੀ ਮੈਜੋਰਿਟੀ ਹੈ, ਜ਼ਿਆਦਾਤਰ ਲੋਕ ਹੈ, ਉਹ ਬਹੁਤ ਅੱਛੀ ਤਰ੍ਹਾਂ ਇਸ ਆਪਣੀ ਜ਼ਿੰਮੇਵਾਰੀ ਨੂੰ ਸਮਝ ਰਹੇ ਹੈ, ਘਰਾਂ ਦੇ ਵਿੱਚ ਬੈਠ ਰਹੇ ਆ, ਆਈਸੋਲੇਸ਼ਨ ਵੀ ਮੇਨਟੇਨ ਕਰ ਰਹੇ ਆ ਔਰ ਸੋਸ਼ਲ ਡਿਸਟੈਂਸਿੰਗ ਵੀ ਮੇਨਟੇਨ ਕਰ ਰਹੇ ਆ। ਲੇਕਿਨ ਜਿਹੜੇ ਕੁਛ ਚੰਦ ਲੋਕ ਹੈ ਜਿਹੜੇ ਕਿ ਸਾਰਿਆਂ ਨੂੰ ਹੀ ਬਦਨਾਮੀ ਵੀ ਕਰਾਉਂਦੇ ਆ ਜੀ, ਨਾਲੇ ਸਾਰਿਆਂ ਨੂੰ ਖਤਰੇ 'ਚ ਪਾਉਂਦੇ ਆ, ਆਪਣੇ ਆਪ ਨੂੰ ਵੀ ਖਤਰੇ 'ਚ ਪਾਉਂਦੇ ਆ, ਆਪਣੇ ਪਰਿਵਾਰ ਨੂੰ ਵੀ ਖਤਰੇ 'ਚ ਪਾਉਂਦੇ ਆ, ਉਹਨਾਂ ਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਦੇਖੋ ਸਾਰੀ ਦੁਨੀਆ ਲੋਕਡਾਊਨ ਦੇ ਵਿੱਚ ਆ, ਇੰਨੇ ਵੱਡੇ ਵੱਡੇ ਸਿਆਣੇ ਜਿਹੜੇ ਵਿਸ਼ੇਸ਼ਗ ਹੈ, ਡਾਕਟਰ ਹੈ, ਮਾਹਰ ਹੈ, ਲੀਡਰਸ ਹੈ, ਉਹਨਾਂ ਨੇ ਸੋਚ ਸਮਝ ਕੇ ਫੈਸਲੇ ਲੈ ਰਹੇ ਆ, ਅਤੇ ਇਹ ਸਿਆਣੇ ਲੋਕ ਜਿਹੜਾ ਫੈਸਲਾ ਲੈ ਰਹੇ ਆ ਜੀ ਉਹ ਆਪਣੇ ਸਾਰਿਆਂ ਦੀ ਬਿਹਤਰੀ ਲਈ ਆ, ਇਹ ਉਹਨਾਂ ਦੀ ਵੀ ਬਿਹਤਰੀ ਲਈ ਆ। ਜੇ ਕੋਈ ਐਵੇਂ ਗਲਤ ਫਹਿਮੀ ਦੇ ਵਿੱਚ ਜੀ ਬਾਹਰ ਤੁਰਿਆ ਫਿਰਦਾ ਤਾਂ ਉਸਨੂੰ ਇਹ ਗਲਤ ਫਹਿਮੀ 'ਚੋਂ ਬਿਲਕੁਲ ਬਾਹਰ ਆ ਜਾਣ ਦੀ ਲੋੜ ਹੈ ਔਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਘਰ ਅੰਦਰ ਬੈਠਣਾ ਚਾਹੀਦਾ ਜੀ, ਆਪਣੇ ਪਰਿਵਾਰ ਦੇ ਨਾਲ ਉੱਥੇ ਟਾਈਮ ਸਪੈਂਡ ਕਰਨ। ਇਹ ਸਮਾਂ ਜਿਹੜਾ ਹੈਗਾ ਇਹ ਗੈਰ ਜ਼ਿੰਮੇਵਾਰੀ ਦਾ ਸਮਾਂ ਨਹੀਂ ਹੈਗਾ, ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਦੀ ਲੋੜ ਹੈਗੀ ਆ। ਔਰ ਸੋਸ਼ਲ ਮੀਡੀਆ ਹੈ ਭਾਵੇਂ ਕਿਸੇ ਵੀ ਕੋਈ ਵੀ ਮੀਡੀਆ ਹੈਗਾ, ਉਹਦੇ ਵਿੱਚ ਗੈਰ ਜ਼ਿੰਮੇਵਾਰਾਨਾ ਕੋਈ ਗੱਲ ਕਰਨੀ ਕਿ ਸ਼ਰਾਰਤੀ ਗੱਲ ਕਰਨੀ ਜਾਂ ਐਵੇਂ ਮਜ਼ਾਕ ਦੇ ਤੌਰ ਦੇ ਉੱਤੇ ਕੋਈ ਬੇਹੂਦਾ ਗੱਲ ਕਰਨੀ ਜਿਹਦੇ ਕਿ ਬੜੇ ਡੇਂਜਰਸ ਇੰਪਲੀਕੇਸ਼ਨਸ ਆ, ਇਹ ਸਾਰੀਆਂ ਬਹੁਤ ਡੇਂਜਰਸ ਗੱਲਾਂ, ਇਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਔਰ ਇਹ ਲੋਕਾਂ ਨੂੰ ਅਸੀਂ ਬਹੁਤ ਬੇਨਤੀ ਕਰ ਰਹੇ ਹਾਂ ਔਰ ਜਿਹੜੇ ਕੁਛ ਸ਼ਰਾਰਤੀ ਅਨਸਰ ਆ ਜਿਹੜੇ ਨਹੀਂ ਬਾਜ਼ ਆ ਰਹੇ ਉਹਨਾਂ 'ਤੇ ਫਿਰ ਹੁਣ ਕਾਰਵਾਈ ਵੀ ਸ਼ੁਰੂ ਹੋ ਗਈ ਹੈ, ਕੇਸ ਰਜਿਸਟਰ ਹੋ ਗਏ ਆ, ਲੋਕ ਕੁਛ ਅਰੈਸਟ ਵੀ ਕੀਤੇ ਗਏ ਆ। ਔਰ ਮੈਂ ਇਹੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹੋ ਜਿਹੀ ਸਖਤ ਕਾਰਵਾਈ ਕਰਨ ਦੇ ਲਈ ਮਜਬੂਰ ਨਾ ਕੀਤਾ ਜਾਵੇ ਪੁਲਿਸ ਨੂੰ, ਕਿਉਂਕਿ ਇਹ ਜੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਇਸ ਵੇਲੇ ਅਸੀਂ ਇਹੋ ਜਿਹੀ ਕੋਈ ਗੈਰ ਜ਼ਿੰਮੇਵਾਰਾਨਾ ਗੱਲ, ਇਹੋ ਜਿਹੀ ਕੋਈ ਬੇਤੁਕੀ ਗੱਲ ਜਿਹਦੇ ਕਿ ਡੇਂਜਰਸ ਇੰਪਲੀਕੇਸ਼ਨ ਸਾਰਿਆਂ ਲਈ ਹੋ ਸਕਦੇ, ਇਹੋ ਜਿਹੀ ਗੱਲ ਕੋਈ ਅਫਵਾਹ ਨਾ ਉਡਾਈਏ ਜੀ। ਕਿਸੇ ਵੀ ਦੁਕਾਨਦਾਰ ਨੂੰ ਜੇ ਕੋਈ ਪਰਮਿਸ਼ਨ ਦਿੱਤੀ ਜਾ ਰਹੀ ਹੈ ਇਸ ਕੰਡੀਸ਼ਨ 'ਤੇ ਦਿੱਤੀ ਜਾ ਰਹੀ ਹੈ ਕਿ ਉਹ ਹੋਮ ਡਿਲੀਵਰੀ ਕਰਨਗੇ, ਔਰ ਜੇ ਉੱਥੇ ਆਪਣੀ ਦੁਕਾਨ 'ਤੇ ਉਹਨਾਂ ਦੇ ਕੱਟ ਹੁੰਦਾ ਤਾਂ ਉਹਨਾਂ ਦਾ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਬਿਲਕੁਲ ਨਾ ਕੱਟ ਹੋਣ ਦੇਣ, ਔਰ ਜੇ ਕਿਤੇ ਦੋ ਚਾਰ ਲੋਕ ਆਉਂਦੇ ਵੀ ਹੈ ਤਾਂ ਉਹ ਸੋਸ਼ਲ ਡਿਸਟੈਂਸਿੰਗ ਜਿਹੜੀ ਹੈਗੀ ਉਹ ਬਿਲਕੁਲ 100% ਮੇਨਟੇਨ ਹੋਣੀ ਚਾਹੀਦੀ ਹੈ। ਜੇ ਕਿਸੇ ਦਵਾਈ ਦੀ ਦੁਕਾਨ ਹੈ ਜਾਂ ਕੋਈ ਬਹੁਤ ਜ਼ਿਆਦਾ ਜ਼ਰੂਰੀ ਗੱਲ ਹੈਗੀ ਹੈ, ਕੋਈ ਐਮਰਜੈਂਸੀ ਹੈ, ਤਾਂ ਦੈਟ ਸੋਸ਼ਲ ਡਿਸਟੈਂਸਿੰਗ ਹੈਜ਼ ਟੂ ਬੀ ਮੇਨਟੇਨ ਅੰਡਰ ਆਲ ਕੋਸਟ। ਜੇ ਉਹ ਨਹੀਂ ਕਰ ਸਕਦਾ ਜੀ ਤਾਂ ਦੁਕਾਨ ਬੰਦ ਕਰ ਦੇ, ਨਹੀਂ ਤਾਂ ਸਾਨੂੰ ਜਬਰਨ ਬੰਦ ਕਰਨੀ ਪਏਗੀ।